कांग्रेस पार्टी दे विच कलेश चल रहा लगातार नवजोत सिंह सिद्धू नूं मनाउण दी कोशिश की जा रही है। अश्विनी शेखड़ी सबका केंद्रीय मंत्री साडे मौजूद है कांग्रेसी आगू शेखड़ी साहब लगातार मनाउण दी कोशिश की जा रही नवजोत सिंह सिद्धू नूं मनाउण दे वास्ते कितें ना कितें नवजोत सिंह सिद्धू चाहुंदे ए जी ते डी जी बदलिया जाए पर पार्टी हजे उस चीज़ वास्ते राजी नहीं हो रही किवें देखदे हो सब नूं। देखो इस तरह है कि मैनूं बहुत सारे कांग्रेस के जिहड़े जिन्हां लोगों के डी एन ए च कांग्रेस है वर्कर्स और लीडर्स मैनूं भी कॉन्टैक्ट करते आपस भी डिस्कस करते इस वेले सोनिया गांधी जी राहुल गांधी जी और कांग्रेस हाईकमान जी ने बहुत वधिया टीम दिती हुई है चीफ मिनिस्टर साहब और प्रधान साहब सारे नूं उन्हां दी योग्यता के मुताबिक काम दिता गया और साढ़े सब वर्कर्स की यही फीलिंग और आवाज़ है और अपील है कि इस समय आपस च किसी भी इशू झगड़न का नहीं है ये समय इकट्ठे होने का इकट्ठे होकर यूनाइटेड होकर असी पंजाब के लोगों के लिए काम करना इस वेले ना तो किसी का अहम इंपॉर्टेंट है ना कोई कुर्सी इंपॉर्टेंट है इस सब तो ज़्यादा इंपॉर्टेंट है कि पंजाब की जनता जिहड़ी आ इच्छावां हन पंजाब के लोग जो चाहते ने उन्हां चीज़ां ते पहरा दिता जाए खास तौर पर जिहड़े मुद्दे किसानां दे ने जिहड़े मुद्दे शहर के लोगों के जिहड़े साडे दलित वीरां दे मुद्दे ने चाहे नौकरियां ने चाहे उन्हां नूं समाजिक न्याय मिलने की गल है वो मुद्दों से काम करने की लोड़ है ना कि आपस दे विच किसी भी चीज़ के लिए तकरार नहीं रखना चाहिए लोगों नूं उम्मीद सिर्फ कांग्रेस पार्टी तो है और कांग्रेस के लीडर्स नूं अज दे दिन क्योंकि मैं पार्टी का पिछले 40 साल तो वर्क किया अपनी पार्टी है अपने लोग ने मैं अपील करांगा कि सारे इकट्ठे हो जाओ इकट्ठे होकर काम करो ਕਿਵੇਂ ਇਕੱਠੇ ਹੋਣਗੇ ਜਦੋਂ ਲਗਾਤਾਰ ਨਵਜੋਤ ਸਿੰਘ ਸਿੱਧੂ ਚਿੱਠੀਆਂ ਲਿਖ ਰਹੇ ਹੋਣ ਲਗਾਤਾਰ ਏ ਜੀ ਡੀ ਜੀ ਬਦਲਣ ਦੀ ਮੰਗ ਕਰ ਰਹੇ ਹੋਣ ਕਿਵੇਂ ਇਕੱਠੇ ਹੋਣਗੇ ਚਰਨਜੀਤ ਚੰਨੀ ਜੋ ਉਹ ਚੀਜ਼ਾਂ ਕਰ ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਚੀਜ਼ਾਂ ਕਰਕੇ ਲਾਇਆ ਸੀ ਕਿਉਂਕਿ ਪ੍ਰਧਾਨ ਅਤੇ ਮੁੱਖ ਮੰਤਰੀ ਦੀ ਆਪਸ 'ਚ ਬਣ ਨਹੀਂ ਰਹੀ ਸੀਗੀ ਤਾਂ ਹੁਣ ਕਿਤੇ ਨਾ ਕਿਤੇ ਉਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਦੇਖੋ ਮੇਰੀ ਨਜ਼ਰ 'ਚ ਪਾਰਟੀ ਜਿਹੜੀ ਹੈ ਮਾਂ ਹੈ ਔਰ ਮਾਂ ਦਾ ਰੁਤਬਾ ਇਨਸਾਨ ਦੇ ਆਪਣੇ ਆਪ ਤੋਂ ਉੱਚਾ ਹੁੰਦਾ ਸਾਡੇ ਲੋਕਾਂ ਦੀ ਹੌਂਦ ਇਸੇ ਲਈ ਹੈ ਕਿ ਸਾਡੇ ਪਿੱਛੇ ਇੰਡੀਅਨ ਨੈਸ਼ਨਲ ਕਾਂਗਰਸ ਲਿਖਿਆ ਦਾ ਜਿਸ ਵੀ ਅਹੁਦੇ 'ਤੇ ਹਾਂ ਅਗਰ ਬੰਦੇ ਦੇ ਪਿੱਛੋਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੋਹਰ ਉਤਾਰ ਦਿੱਤੀ ਜਾਏ ਜਾਂ ਅਹੁਦਾ ਉਤਾਰਤਾ ਜਾਏ ਕਾਂਗਰਸ ਪਾਰਟੀ ਦੀ ਤਾਂ ਬੰਦੇ ਦੀ ਆਪਣੀ ਲੈਵਲ ਉਹਨੂੰ ਪਤਾ ਚੱਲ ਜਾਂਦਾ ਅੱਜ ਜਿਸ ਵੀ ਲੈਵਲ 'ਤੇ ਅਸੀਂ ਕੋਈ ਵੀ ਬੰਦਾ ਬੈਠਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਆਸ਼ੀਰਵਾਦ ਦੇ ਨਾਲ ਹੱਥ ਦੇ ਨਾਲ ਬੈਠਾ ਹੱਥ ਦੇ ਨਿਸ਼ਾਨ ਮਗਰ ਹੈ ਅਤੇ ਤੁਹਾਡੀ ਵੈਲਿਊ ਹੈ ਨਹੀਂ ਤਾਂ ਸਮਾਜ 'ਚ ਅਸੀਂ ਸਾਰੇ ਤੁਹਾਨੂੰ ਪਤਾ ਹੀ ਹੈ ਜੋ ਪੋਜੀਸ਼ਨ ਹੈ। ਹੋਰ ਸਵਾਲ ਕੈਪਟਨ ਅਮਰਿੰਦਰ ਸਿੰਘ ਤੁਸੀਂ ਉਹੀਓ ਹੱਦ ਨਿਸ਼ਾਨ ਦੀ ਜ਼ਿਕਰ ਕੀਤਾ ਹੁਣ ਕਹਿੰਦੇ ਕਿ ਮੈਂ ਨਵਾਂ ਨਿਸ਼ਾਨ ਚੁਣਨ ਲੱਗਿਆ ਆਪਣਾ ਨਿਸ਼ਾਨ ਬਣਾਉਣ ਲੱਗਿਆ ਤੁਹਾਡੇ ਸਾਥੀ ਹੈ ਤੁਸੀਂ ਬਹੁਤ ਕਰੀਬੀ ਕੈਪਟਨ ਅਮਰਿੰਦਰ ਸਿੰਘ ਦੇ ਰਹੇ ਹੋ ਕਿਵੇਂ ਦੇਖਦੇ ਹੋ ਫਿਰ? ਦੇਖੋ ਮੈਂ ਤਾਂ ਸਭ ਦੇ ਕਰੀਬੀ ਹਾਂ ਜੀ ਮੈਂ ਤਾਂ ਬੇਸਿਕਲੀ ਕਾਂਗਰਸ ਦਾ ਵਰਕਰ ਹੈ ਇਹ ਸਭ ਲੋਕ ਵੱਡੇ ਵੱਡੇ ਲੀਡਰ ਨੇ ਵਰਕਰ ਦਾ ਕੰਮ ਹੈ ਮੰਤਰੀ ਰਹੇ ਹੋ ਸਿੱਧੀ ਸਾਹਿਬ ਨਹੀਂ ਮੰਤਰੀ ਰਹੇ ਹੈ ਜੋ ਪਾਰਟੀ ਦਾ ਕੰਮ ਕਰ ਰਹੇ ਹੈ ਪਿਛਲੇ 40 ਸਾਲ ਤੋਂ ਇਹਦਾ ਮਤਲਬ ਇਹ ਨਹੀਂ ਕਿ ਮੇਰੇ ਦਿਮਾਗ 'ਚ ਕੋਈ ਫਤੂਰ ਆ ਗਿਆ ਮੈਂ ਆਪਣੇ ਆਪ ਨੂੰ ਜ਼ਮੀਨ 'ਤੇ ਖੜਾ ਹੋਇਆ ਇੱਕ ਆਮ ਵਰਕਰ ਸਮਝਦਾ ਔਰ ਮੈਂ ਆਪਣੇ ਵਰਕਰ ਹੋਣ ਦੇ ਨਾਤੇ ਇਹੀ ਅਪੀਲ ਕਰਾਂਗਾ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਜ਼ਰੂਰਤ ਹੈ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਲੀਡਰਸ ਨੂੰ ਅਮਰਿੰਦਰ ਸਿੰਘ ਦੀ ਗੱਲ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨਵੀਂ ਪਾਰਟੀ ਬਣਾ ਰਿਹਾ ਉਹ ਕਹਿੰਦੇ ਕਾਂਗਰਸ ਛੱਡ ਕੇ ਕਿਸੇ ਪਾਰਟੀ ਨਾਲ ਭਾਜਪਾ ਨਾਲ ਸਮਝੌਤਾ ਹੋ ਸਕਦਾ ਪੁਰਾਣੇ ਜਿਹੜੇ ਅਕਾਲੀ ਹੈਗੇ ਸੀ ਟਕਸਾਲੀ ਅਕਾਲੀ ਜਿਹੜੇ ਅਕਾਲੀ ਦਲ ਛੱਡ ਕੇ ਉਹਨਾਂ ਨਾਲ ਵੀ ਸਮਝੌਤੇ ਕਰਨ ਦੀ ਗੱਲ ਚੱਲ ਰਹੀ ਹੈ ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਪੀਲ ਕਰਾਂਗਾ ਕਿ ਤੁਸੀਂ ਕਾਂਗਰਸ 'ਚ ਮੁੱਖ ਮੰਤਰੀ ਰਹੇ 9 ਸਾਲ ਤੋਂ ਬਾਅਦ ਔਰ ਕਾਂਗਰਸ ਦੇ ਤੁਸੀਂ ਪੁਰਾਣੇ ਲੀਡਰ ਹੋ ਤੁਹਾਡਾ ਪਰਿਵਾਰ ਕਾਂਗਰਸ ਹੀ ਹੈ ਮਹਾਰਾਣੀ ਸਾਹਿਬ ਕਈ ਵਾਰੀ ਮੈਂਬਰ ਪਾਰਲੀਮੈਂਟ ਬਣੇ ਔਰ ਕਈ ਵਾਰ ਟਿਕਟਾਂ ਮਿਲੀਆਂ ਪਾਰਟੀ ਦੀਆਂ ਪਾਰਟੀ ਨਾਲ ਖਲੋਣਾ ਚਾਹੀਦਾ ਸਭ ਨੂੰ ਖਲੋਣਾ ਚਾਹੀਦਾ ਉਹ ਵੀ ਰਹਿਣ ਪਾਰਟੀ 'ਚ ਤਾਂ ਚੰਗਾ ਸਿੰਘ ਪਾਰਟੀ ਨੂੰ ਢਾਲਾ ਉਹਨੂੰ ਕਰ ਰਹੇ ਹੋ ਖਰੋਣ ਦੀ ਗੱਲ ਕਰਕੇ ਕਾਂਗਰਸ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਨੂੰ ਰਹਾਉਣ ਦੀ ਗੱਲ ਕਰਦੇ ਹੋ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਬੜੀ ਪੁਰਾਣੀ ਪਾਰਟੀ ਹੈ ਜੀ ਔਰ ਬਹੁਤ ਸਾਰੇ ਲੋਕ ਆਉਂਦੇ ਵੀ ਹੈ ਜਾਂਦੇ ਵੀ ਹੈ ਆਪਣੇ ਇਸ਼ੂਜ਼ ਹੁੰਦੇ ਲੋਕਾਂ ਦੇ ਬਟ ਅੱਜ ਮੇਰੀ ਤਾਂ ਇਹ ਅਪੀਲ ਹੈ ਕਿ ਸਾਰੇ ਲੋਕ ਕਾਂਗਰਸੀ ਵਰਕਰਾਂ ਦੇ ਕਾਰਨ ਪੰਜਾਬ ਦੀ ਜਨਤਾ ਦੇ ਕਾਰਨ ਇਕੱਠੇ ਹੋਣ ਸਾਰੇ ਲੀਡਰ ਸਾਹਿਬਾਨ ਇਕੱਠੇ ਹੋ ਕੇ ਕੰਮ ਕਰਨ ਇੱਕ ਦੂਸਰੇ ਦੇ ਹਲਕੇ 'ਚ ਦਖਲ ਦੇਣਾ ਬੰਦ ਕਰਨ ਆਪਣੀ ਆਪਣੀ ਕੌਨਸ਼ੀਅੰਸੀ ਆਪਣਾ ਆਪਣਾ ਮੋਰਚਾ ਸਾਂਭੀਏ ਅਤੇ ਪੰਜਾਬ ਦੇ ਲੋਕਾਂ ਨੂੰ ਅਗਲੀ ਕਾਂਗਰਸੀ ਸਰਕਾਰ ਦੇਈਏ ਇੱਕ ਦੂਜੇ ਦੇ ਹਲਕੇ 'ਚ ਦਖਲ ਉਹ ਦੇ ਹੀ ਰਹੇ ਨੇ ਜਿਹੜੇ ਦੇ ਰਹੇ ਮੈਂ ਉਹਨਾਂ ਨੂੰ ਅਪੀਲ ਕਰ ਰਿਹਾ ਕਿ ਆਪਣੇ ਆਪਣੇ ਹਲਕੇ 'ਚ ਕੰਮ ਕਰੀਏ ਔਰ ਦਿੱਤੀ ਕਿਸੇ ਨੇ ਦਖਲ ਫਰਕ ਤਾਂ ਹੈ ਕਿਉਂ ਜੀ ਹੁਣ ਗਾਂਹ ਠੀਕ ਹੋ ਜਾਏਗਾ ਜੀ ਹਾਂਜੀ ਇਸ ਨਾਲ ਅਸ਼ਵਨੀ ਸ਼ੇੜੀ ਜੀ ਨੇ ਸਾਫ਼ ਤੌਰ 'ਤੇ ਕਹਿਣਾ ਕਿ ਕਾਂਗਰਸ ਪਾਰਟੀ ਦੇ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ ਅਤੇ ਜਿਹੜੇ ਇੱਕ ਦੂਸਰੇ ਦੇ ਹਲਕੇ ਦੇ ਵਿੱਚ ਦਖਲ ਦਿੰਦੇ ਆ ਸਿੱਧੇ ਤੌਰ 'ਤੇ ਉਹਨਾਂ ਨੇ ਸੰਕੇਤ ਦਿੱਤੇ ਕਿ ਵਿਧਾਇਕ ਮੰਤਰੀ ਇੱਕ ਦੂਸਰੇ ਦੇ ਹਲਕਿਆਂ ਦੇ ਵਿੱਚ ਦਖਲ ਦੇ ਰਹੇ ਨੇ
कैमरा परसन विपन मेहरा के नाल आशू नेजल लिविंग न्यूज़ चंडीगढ़।